स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड अकालगढ़ पिंड श्री मुक्तसर साहब जिले का ते इहदे नेड़े जे पिंडां दी गल करिए दोस्तों तां फत्तन वाला पिंड इहदे नेड़े है। वैसे जदों आपां श्री मुक्तसर साहब शहर तो जलालाबाद वाली सड़क जाने दोस्तों तां उस सड़क के नेड़े पिंड रह जांदा है। अकालगढ़ पिंड का नाम है। जिहड़े घर चों वीडियो बना रहे हैं बाई कोलों मेरी तीजी वीडियो है। ये वीर शौकीन है चंगे पशुआं दा ते घर च मझां जिन्नियां भी रखदा वो चंगियां ही रखियां बई ने। अज दसो दो नग जिहड़े वकाऊ किए है, ये तो बिना एक असर कट्टी नगीना ही है बई नूं। ये किसी वीर ने मानता नाल ही जिहड़ा वो हरियाणे दे विचों ये कट्टी दित्ती सी। चंगे दुध वाली मझ दी धी है, बाकी पिठपुड़े तो भी अंदाजा हुंदा। ये वीर दसदा सी वी जे कोई शौकीन बई मिलूगा तो बई सेल कर दूगा, तो नहीं ये घरे रखी हुई है। सो नग दोस्तों दो ते दोनों दा रिकॉर्ड प्रॉपर है। वीडियो नूं तुसीं एंड तक देखो तो जिन्हों इन चो जिहड़ी मझ पसंद आ जूगी, चंगे दुध वालियां दोनों ही मझां हैं, आके आपदी तसली नाल खरीदो। आओ बई नाल गलबात करते हैं। बई सत श्री अकाल। सत श्री अकाल बई जी, नाम अपना दस दिओ बई। नाम शमिंदर सिंह, हैप्पी पिंड अकालगढ़ तो। ठीक है, तहसील ते डिस्ट्रिक्ट श्री मुक्तसर साहिब। ठीक है शमिंदर बई, शौक पहलां तो ही चंगे पशुआं दा? हांजी हांजी बई, पहलां शुरू तो ही आ। अच्छा, ये अपने घर दीआं कट्टियां। ठीक है बई, हांजी शुरू तो ही आपां कट्टियां बहुत चंगी रखियां सीगियां शुरू तो ही। ठीक है। अच्छा अज आपां दो नग वकाउ कीते आ, पहले नंबर वाली मझ ये बई सुल्तान दी आ, सुल्तान बोल जिहड़ा अपना सीगा ਬੁੱਢੇ ਖੇੜੇ ਵਾਲਾ। ਹਾਂਜੀ ਹਾਂਜੀ ਬੁੱਢੇ ਖੇੜੇ। ਠੀਕ ਹੈ, ਇਹ ਉਹਦੀ ਧੀ ਹੈ। ਕਿੰਨਵਾਂ ਸੂਆ ਸੋਈ ਹੈ? ਇਹ ਕਿਤੇ ਦੂਜਾ ਸੂਆ ਸੋਣਾ। ਦੂਜਾ ਸੂਆ ਸੋਈ ਹੈ? ਸੋਈ ਸੋਰੀ ਸੋਰੀ ਸੋਈ ਆ। ਠੀਕ ਹੈ। ਅੱਛਾ ਪਹਿਲਾਂ ਦਾ ਰਿਕਾਰਡ ਕੀ ਰਿਹਾ? ਪਹਿਲਾਂ ਦਾ ਵੀਰ ਜੀ ਇਹਨੇ ਦਿੱਤਾ 15 ਤੋਂ ਬੂਟੇ ਦਿੱਤਾ ਦੁੱਧ, 15 ਕਿਲੋ ਤੋਂ ਬਾਅਦ। ਹਾਂਜੀ ਹਾਂਜੀ 15। ਅੱਛਾ ਇਹ ਕਦੋਂ ਸੋਈ ਹੈ? ਇਹ ਰਾਤ ਸੋਈ ਬਈ ਜੀ। ਰਾਤ ਸੋਈ ਹੈ, ਬੱਚਾ ਕੀ ਦਿੱਤਾ? ਬੱਚਾ ਕੱਟਾ ਜੀ। ਬੱਚਾ ਕੱਟਾ ਦਿੱਤਾ, ਜੇਰ ਪੈ ਗਈ ਸਹੀ? ਹਾਂ ਜੇਰ ਪੈ ਗਈ ਸਹੀ, ਜੇਰ ਪ੍ਰੋਪਰ ਪਈ ਵੀ ਆਪਣੇ ਕੋਲੇ ਵੀ ਆ ਪਈ। ਠੀਕ ਹੈ, ਰੱਖੀ ਕੀ ਰੇਟ ਕਰਦੇ ਹੋ ਬਈ ਇਹਦਾ? ਬਈ ਰੇਟ ਮੁੱਲ ਆਪਾਂ ਫੋਨ ਤੇ ਕਰ ਲਾਂਗੇ। ਫੋਨ ਤੇ ਦੱਸ ਦਿਆਂਗੇ ਰੇਟ। ਹਾਂਜੀ ਹਾਂਜੀ ਠੀਕ ਹੈ। ਸੋ ਦੋਸਤੋ ਸੁਲਤਾਨ ਬੁੱਲ ਦੀ ਇਹ ਧੀ, ਸੁਲਤਾਨ ਬੁੱਢੇ ਖੇੜੇ ਵਾਲਾ ਜਿਹੜਾ ਪਿੱਛੇ ਜੇ ਐਕਸਪਾਇਰ ਹੋਇਆ ਸ਼ਾਇਦ, ਪਹਿਲੇ ਸੂਏ ਦੁੱਧ 15 ਕਿਲੋ ਤੋਂ ਬਾਹਰ ਬਾਈ ਦੱਸਦਾ ਵੀ ਇਹਨੇ ਦਿੱਤਾ। ਤਿਆਰੀ ਬੜੀ ਚੰਗੀ ਹੈ, ਢਾਂਚਾ ਜਿਹੜਾ ਉਹ ਤੁਹਾਨੂੰ ਸੋਹਣਾ ਲੱਗੂਗਾ, ਇਹਦਾ ਸੈਂਕ ਥੋੜ੍ਹਾ ਜਿਹਾ ਖੁੱਲ੍ਹਾ ਉਹ ਤੁਹਾਨੂੰ ਸਾਹਮਣੇ ਨਜ਼ਰ ਆਉਂਦਾ ਬਈ। ਇੱਧਰੋਂ ਹੱਕਿਓ ਮਾੜਾ ਜਿਹਾ, ਤੋ ਇੱਕ ਵਾਰ ਇਵੇਂ ਹੀ ਦੇਖਿਓ, ਕਿਉਂਕਿ ਖੇਤਾਂ 'ਚ ਘਰ ਆ ਬਾਈ ਦਾ ਅਤੇ ਉੱਪਰਾ ਬੰਦਾ ਆਉਂਦਾ ਨਹੀਂ ਗਾ, ਸੋ ਪਸ਼ੂ ਥੋੜ੍ਹਾ ਡਰਦੇ ਰਹਿੰਦੇ ਆ, ਫਿਰ ਵੀ ਤੋਰ ਕੇ ਦਿਖਾਉਣੀ ਹੈ। ਪਰ ਤੁਹਾਨੂੰ ਇੱਕ ਵਾਰ ਇਹਦੀਆਂ ਜਿਹੜੀਆਂ ਬਰੀਕੀਆਂ ਉਹ ਜ਼ਰੂਰ ਨਜ਼ਰ ਆ ਜਾਣ, ਹਵਾਨਾ ਤੁਹਾਨੂੰ ਇਹਦਾ ਸਮਝ 'ਚ ਆ ਜਾਵੇ, ਅਤੇ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ। ਬੜੀ ਸੋਹਣੀ ਤਿਆਰੀ ਦੋਸਤੋ ਇਸ ਮੱਝ ਨੇ ਕੀਤੀ ਹੈ। 5 ਵਜੇ ਮੈਂ ਵੀਡੀਓ ਬਣਾ ਰਿਹਾ, ਤੁਸੀਂ ਇਹਦਾ ਹਵਾਨਾ ਜਿਹੜਾ ਉਹ ਸਾਈਡ ਨੂੰ ਜਾਂਦੀ ਮੱਝ ਤੋਂ ਦੇਖ ਲਓਗੇ, ਬਾਕੀ ਮੈਂ ਇਹਦੇ ਬੈਕ ਸਾਈਡ 'ਤੇ ਹੋ ਜਾਂਦਾ, ਇੱਥੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ। ਬਈ ਇਹਦੀ ਪੂਛ ਫੜ ਲਿਓ ਮਾੜੀ, ਕੋਈ ਗੱਲ ਨਹੀਂ, ਪਿੰਡੇ 'ਤੇ ਹੱਥ ਜਾ ਮਾਰ ਲਿਓ। ਸੋ ਖੋਲ ਹੀ ਲਓ, ਬਾਹਰ ਤੋੜ ਲੈਂਦੇ ਬਾਈ। ਸੋ ਦੋਸਤੋ ਥਣ ਦਾ ਸਾਈਜ਼ ਤੁਹਾਨੂੰ ਇੱਥੋਂ ਕਲੀਅਰ ਦਿਸਦਾ, ਥਣ ਜਿਹੜੇ ਆ ਜਦੋਂ ਪਸਮਾ 'ਚ ਆਊ ਬਹੁਤ ਸੋਹਣਾ ਥਣ ਬਣ ਜਾਣਾ। ਹੁਣ ਵੀ ਕਿਉਂਕਿ ਜੋਸ਼ ਆ ਥਣਾਂ 'ਚ, ਅਜੇ ਰਾਤ ਹੀ ਸੋਈ ਆ, ਅਜੇ ਕੋਈ ਪੱਠਾ ਵੀ ਨਹੀਂ ਚੱਕਿਆ, ਕੁੱਖ ਤੁਹਾਨੂੰ ਨੀਵੀਂ ਦਿਸਦੀ ਹੋਣੀ ਹੈ। ਹੁਣ ਸ਼ਾਮ ਦੇ ਪੱਠੇ ਵੈਸੇ ਵੀ ਅਜੇ ਪਾਉਣ ਦਾ ਟਾਈਮ ਸੀਗਾ, ਤਾਂ ਉਦੋਂ ਆਪਾਂ ਵੀਡੀਓ ਬਣਾਉਣ ਲੱਗ ਪਏ, ਹਜੇ ਇਹਨੂੰ ਪੱਠੇ ਪਾਉਣੇ ਆ ਮੱਝ ਨੂੰ। ਕੱਟੇ ਨੂੰ ਜਨਮ ਦਿੱਤਾ ਦੋਸਤੋ, ਪਹਿਲਾਂ ਨੇ ਦੁੱਧ ਸੋਹਣਾ ਪਿਆਇਆ ਬਾਈ ਹੋਰਾਂ ਨੂੰ, ਚੰਗਾ ਦੁੱਧ ਦਿੱਤਾ। ਵੇਲ ਇਹਦੀ ਬਹੁਤ ਚੰਗੀ ਹੈ ਦੋਸਤੋ, ਲੰਬਾਈ ਬਹੁਤ ਸੋਹਣੀ, ਅਤੇ ਹਵਾਨਾ ਇਹਦਾ ਤੁਸੀਂ ਵੀਡੀਓ 'ਚੋਂ ਦੇਖ ਸਕਦੇ ਹੋ। ਸੋ ਇੱਥੋਂ ਹਵਾਨੇ ਦਾ ਅੰਦਾਜ਼ਾ ਲਾ ਸਕਦੇ ਹੋ। ਪਿੱਠਪੁੜਾ ਵੀ ਇਹਦਾ ਬਹੁਤ ਸੋਹਣਾ ਦੋਸਤੋ, ਮੱਝ ਦਾ ਬਿਲਕੁਲ ਤਾਜ਼ੀ ਸੂਈ ਮੱਝ ਤੁਹਾਨੂੰ ਦਿਖਾ ਰਿਹਾ, ਆ ਕੇ ਦੇਖਿਓ ਜੀ, ਇਹਨੂੰ ਪਸੰਦ ਆਉਂਦੀ ਹੈ ਤਾਂ ਰੇਟ ਬਾਈ ਫੋਨ ਤੇ ਰੱਖ ਲਓ। ਸੋ ਦੋਸਤੋ ਪਿੱਠਪੁੜਾ ਫੇਰ ਮੱਝ ਦਾ ਤੁਸੀਂ ਦੇਖ ਸਕਦੇ ਹੋ, ਹਵਾਨਾ ਵੀ ਬਹੁਤ ਸੋਹਣਾ, ਉਹ ਤੁਸੀਂ ਆ ਕੇ ਦੇਖਣਾ ਹੋਊਗਾ। ਮੋਦੀ ਬੁੱਲ ਦਾ ਸੀਮਨ ਬਾਈ ਦੱਸਦਾ ਲਵਾਇਆ ਸੀ, ਅਤੇ ਕੱਟਾ ਇਸ ਮੱਝ ਨੇ ਦਿੱਤਾ ਹੈ, ਮੋਦੀ ਦਾ ਹੈ, ਲਕਸ਼ਮੀ ਡੇਅਰੀ ਫਾਰਮ ਵਾਲੇ ਮੋਦੀ ਬੁੱਲ ਦਾ। ਹਵਾਨਾ ਬੜਾ ਕਮਾਲ ਦਾ, ਅਤੇ ਪਿੱਠਪੁੜਾ ਵੀ ਮੱਝ ਦਾ ਬਹੁਤ ਸੋਹਣਾ। ਸੋ ਜਿਹਨੂੰ ਪਸੰਦ ਆਵੇ ਦੋਸਤੋ ਤਾਂ ਇਹ ਝੋਟੀ ਵਕਾਊ ਹੈ, ਚੰਗੇ ਇਹ ਦੁੱਧ ਵਾਲੀ ਝੋਟੀ ਹੈ। ਸੋ ਇਸ ਸਾਈਡ ਤੋਂ ਜਿਹੜੇ ਥਣਾਂ ਵਾਲੇ ਪਾਸੇ ਕੈਮਰਾ ਮਾਰਦੇ ਹਾਂ ਤਾਂ ਤੁਸੀਂ ਇਸ ਸਾਈਡ ਤੋਂ ਵੀ ਇਹਦੇ ਥਣ ਦੇਖ ਸਕਦੇ ਹੋ। ਸੋ ਚੰਗੇ ਢਾਂਚੇ ਦੀ ਇਹ ਝੋਟੀ ਹੈ, ਇਹ ਤੋਂ ਬਿਨਾਂ ਇੱਕ ਝੋਟੀ ਹੋਰ ਤੁਹਾਨੂੰ ਦਿਖਾਉਣੀ ਹੈ। ਰਿਕਾਰਡ ਇਹਦਾ ਵੀ ਪ੍ਰੋਪਰ ਹੈ, ਪਰ ਇਹ ਡਰਦੀ ਹੈ, ਪਹਿਲੇ ਦਿਨ ਤੋਂ ਹੀ ਥੋੜ੍ਹਾ ਵੱਧ ਡਰਦੀ ਹੈ। ਹਵਾਨਾ ਬਹੁਤ ਤਕੜਾ ਤਿਆਰ ਕਰਦੀ ਹੁੰਦੀ ਹੈ, ਬਾਕੀ ਕੋਸ਼ਿਸ਼ ਕਰਾਂਗੇ ਤੋਰ ਕੇ ਦਿਖਾਉਣ ਦੀ ਜਿੰਨਾ ਕਿ ਤੁਰ ਸਕੀ। ਆਓ ਜਾਣਕਾਰੀ ਪਹਿਲਾਂ ਬਾਈ ਤੋਂ ਲੈ ਲਈਏ ਇਹਦੇ ਬਾਰੇ, ਫਿਰ ਇਹ ਤੁਹਾਨੂੰ ਤੋਰ ਕੇ ਜਿਹੜੀ ਉਹ ਮੱਝ ਦਿਖਾ ਦਿਆਂਗੇ। ਬਾਈ ਜਿਹੜੀ ਇਹ ਦੋ ਨੰਬਰ 'ਤੇ ਝੋਟੀ, ਇਹ ਬਾਈ ਜੀ ਆਪਣੇ ਬਲੀ
बली बदनी दी थी। हाँ जी, हाँ जी, हाँ जी। ठीक है। अच्छा भाई एदा ए दिन किन्ने तरीक नूं पूरे होने दस दिन हजे ले जूगी। हाँ जी, हाँ जी। ठीक है सीमन ए मोदी का ही लगा रेट ए रखोगे रेट भाई फोन ते करांगे फोन ते करांगे खोल लो भाई सो दसो थोनू थोड़ा तोर के दिखाऊं पर डर दी है मैं एक बेनती पहले ही कर दिया सो दसो तोर के थोनू दिखाने हैं वैसे मज सील ही है पर थोड़ा उपरा तो पशु करता ही रहिंदा दसो ये तो गल सुभाव की है तो हवाना इतों भी तुसी खड़ी तो देखोगे दसो ये हुण पट्ठे खा रही है थोड़ा जहा तोर लो भाई माड़ा हिला लो वो बहुत वड्डा हवाना है दसो मज का आ के तुसी देखो कद भी जिहड़ा वो ठीक है सोहना है वेल भी यदि चंगी है बाकी सिंग जे गल करदे तो कुंडे ही है बली बदनी दी धी है दसो तो दुध का यदा चंगा रिकॉर्ड वीर दसदा जिन्हों पसंद आए तो तुम हूँ यदा हवाना देख सकते हो काफ़ी चंगा तकड़ा हवाना तैयार है हजे दस दिन नहीं सुनती होर हवाना बना जाना इन्हें क्योंकि दिन पे है तो इतों इन्हू देख सकते हो मैं ना एक बार होर तोर दू है ना मैं इधर हूं तुम उधर दी मोड़ो इन तो उसको एक बार फिर तोर के दिखाने तो हूँ यदा तुम हवाना देख सकते हो हूँ इतों हवाना देख सकते काफ़ी चंगा तकड़ा हवाना यदा तैयार है बाकी अजे दहने मज ने लैने सून के जिन्हू जचे हो भी रिकाल कर सकता है बिल्कुल ये कुंडे सिंगा दी है हवाना तुम इतों देख सकते सो ये दो मझा दसो जो बकाऊ है इन्हों तो बिना एक झोटी बारे आप गलबात करनी है अच्छा भीर जी झोटी आप वेचन का रादा बनाया कि उम्र है भाई डेढ़ साल की कितों खरीदी हरियाणे चो ली मेरा स्टूडेंट ही अच्छा उन्होंने दी थी आपको समझ लो गिफ्ट ही आया एक साल ज्यादा अच्छा हाँ जी शौक ना भी उन्होंने रिकॉर्ड बहुत सी मझा का ठीक है मझा रिकॉर्ड सी 24 लीटर अच्छा यदि मां का दुध का रिकॉर्ड 24 लीटर का ठीक है ते वो भी बस उन तो पैसे देंदे नहीं सी वो ते बस उन्होंने एक गिफ्ट ही किया सी ठीक है अच्छा भाई ये पता है कुछ केड़े सान दी है या नहीं पता नहीं वीर जी उधर ये सान दी है मैंने इन्हां ने पूछा नहीं सी बस इन्हां ने आपनु दे दी सी अच्छा ठीक है जा दिया आप मोली है भी आए नहीं अच्छा उन्होंने ਵਧੀਆ ਵੀ ਦਿੱਤੀ ਤਾਂ ਕਰਕੇ ਠੀਕ ਹੈ ਚੰਗੀ ਗੱਲ ਹੁੰਦੀ ਅੱਛਾ ਇਹ ਰੇਟ ਇਹਦਾ ਕੀ ਰੱਖ ਦੋ ਰੇਟ ਭਾਈ ਮੁੱਲ ਫੋਨ ਤੇ ਕਰ ਲਾਂਗੇ ਇਹਦਾ ਵੀ ਫੋਨ ਤੇ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਵੀ ਜੇ ਕੋਈ ਵੀਰ ਪਸੰਦ ਕਰਦਾ ਤਾਂ ਬਾਈ ਵੇਚ ਦੂਗਾ ਪਰ ਨਾਲ ਇਹ ਵੀ ਗੱਲ ਆ ਵੀ ਜੇ ਚੰਗੀ ਕੀਮਤ ਤੇ ਵਟਾਉਂਦੀ ਹੈ ਫੇਰ ਹੀ ਵੇਚੇਗੀ ਨਹੀਂ ਵੇਚਾਂਗੇ ਨਹੀਂ ਵੇਚਣੀ ਨਹੀਂ ਵੇਚਣੀ ਬਾਈ ਜੀ ਹੋਰੀ ਆਪ ਬਾਈ ਪ੍ਰੋਫੈਸ਼ਨ ਦੇ ਟੀਚਰ ਹੈ ਤੇ ਹਰਿਆਣੇ ਤੋਂ ਕੋਈ ਸਟੂਡੈਂਟ ਸੀ ਜਿਹੜਾ ਇਹਨਾਂ ਕੋਲ ਸਟੱਡੀ ਕਰਦਾ ਸੀ ਸੋ ਉਹਨਾਂ ਨੇ ਬਾਈ ਦਾ ਮਾਣ ਹੀ ਰੱਖਿਆ ਹਾਲਾਂਕਿ ਲਿਆਂਦੀ ਖਰੀਦ ਕੇ ਆ ਪਰ ਇਹ ਹੁੰਦਾ ਵੀ ਕਈ ਵਾਰ ਆਪਾਂ ਕੋਈ ਚੀਜ਼ ਵੇਚਦੇ ਨਹੀਂ ਹੁੰਦੇ ਤੇ ਆਪਾਂ ਇਜ਼ਤਮਾਨ ਦੇ ਤੌਰ ਤੇ ਕਿਸੇ ਨੂੰ ਇਹ ਕਹਿ ਦਿੰਦੇ ਆ ਵੀ ਮੈਂ ਤੁਹਾਨੂੰ ਇਹ ਚੀਜ਼ ਦੇ ਦੂੰਗਾ ਸੋ ਖਰੀਦੀ ਪੇਮੈਂਟ ਨਾਲ ਹੈ ਸੋ ਜੇ ਕੋਈ ਵੀਰ ਪਸੰਦ ਕਰੇ ਤਾਂ ਬਹੁਤ ਸੋਹਣਾ ਪਿੱਠਪੁੜਾ ਦੱਸੋ ਚਾਰ ਹੀ ਥਾਣਾ ਹੈ ਬਹੁਤ ਸੋਹਣੇ ਦਿਸਦੇ ਆ ਬਾਕੀ ਤੁਸੀਂ ਆ ਕੇ ਵੀ ਦੇਖ ਲੈਣਾ 24 ਕਿਲੋ ਮਾਂ ਦਾ ਦੁੱਧ ਦਾ ਰਿਕਾਰਡ ਹਰਿਆਣੇ ਦੇ ਵਿੱਚੋਂ ਬਾਈ ਇਹ ਝੋਟੀ ਖਰੀਦ ਕੇ ਲਿਆਇਆ ਅਤੇ ਇਹ ਤੋਂ ਬਿਨਾਂ ਦੋ ਇੱਧਰ ਮੱਝਾਂ ਜਿਨ੍ਹਾਂ ਦੇ ਪਿਓ ਦਾ ਰਿਕਾਰਡ ਪ੍ਰੋਪਰ ਹੈ ਥੋੜ੍ਹਾ ਬਹੁਤਾ ਕਿਉਂਕਿ ਖੇਤਾਂ 'ਚ ਘਰ ਹੈ ਅਤੇ ਉੱਪਰਾ ਬੰਦਾ ਆਉਂਦਾ ਵੀ ਨਹੀਂ ਉਹਦੇ ਕਰਕੇ ਡਰਦੇ ਜ਼ਰੂਰ ਆ ਪਸ਼ੂ ਪਰ ਆ ਕੇ ਦੇਖਿਓ ਜੇ ਸੁਨੱਖੇ ਆ ਸਾਰੇ ਪਸ਼ੂ ਸੋ ਨੰਬਰ ਦੋਸਤੋ ਬਾਈ ਦਾ ਸਕਰੀਨ 'ਤੇ ਇਸ ਨੰਬਰ 'ਤੇ ਤੁਸੀਂ ਕਾਲ ਕਰਨੀ ਹੈ ਦੋ ਨਾਗ ਦੁੱਧ ਵਾਲੇ ਅਤੇ ਇਹਨਾਂ ਤੋਂ ਬਿਨਾਂ ਇੱਕ ਅਸਰ ਝੋਟੀ ਜਿਹੜੀ ਉਹ ਵਿਕਾਊ ਹੈ ਬਹੁਤ ਮਿਹਰਬਾਨੀ ਵੀਡੀਓ ਦੇਖਣ ਲਈ